ਜੱਗੀ ਆਉਣੀ ਨਹੀਂ ਠੀਕ ਆਪਣੇ ਤੋਂ ਇਹ ਕੰਪਨੀ ਉਹ ਜਾਊਗੀ। ਲੱਗਦਾ ਹੀ ਸੀ ਜਾਣਾ ਮੈਂ ਕੱਲ੍ਹ ਨੂੰ ਚੰਡੀਗੜ੍ਹ, ਲੈ ਜੂ ਇਹਨੂੰ, ਦਿਹਾੜੀ ਦਾ ਕੰਮ ਹੈ ਸਾਰਾ। ਉਹ ਯਾਰ ਤੂੰ ਆਪ ਚੰਡੀਗੜ੍ਹ ਜਾ ਕੇ ਬਹਿ ਜਾਣਾ, ਉਹ ਮੇਰਾ ਕੰਮ ਕੌਣ ਕਰਾ ਕੇ ਦਊਗਾ? ਕਰ ਦੂਗਾ ਮਨਜਿੰਦਰ। ਉਹ ਯਾਰ ਤੂੰ ਕਰਾ ਜਾਂਦਾ ਚੰਗੀ ਗੱਲ ਸੀ, ਇਹਨੇ ਇੱਥੇ ਗੱਲਾਂ ਮਾਰ ਕੇ ਸਾਰ ਦੇਣਾ। ਇਹੋ ਜਿਹਾ ਕਿਹੜਾ ਕੰਮ ਮੰਗੇ ਤੇਰਾ? ਉਹ ਯਾਰ ਡੀਪੂ ਖੋਲ੍ਹਣਾ ਇਹਨੇ ਮਿੱਟੀ ਦੇ ਤੇਲ ਵਾਲਾ, ਤਾਇਆ ਜੀ ਨਾਲ ਗੱਲ ਕਰਨੀ ਹੈ। ਮੰਗਿਆ ਤੂੰ ਡੀਪੂ ਕੀ ਕਰਨਾ ਯਾਰ? ਆਮਦਨ ਹੋਊਗੀ, ਚਾਰ ਪੈਸੇ ਜੋੜਨਗੇ। ਅੱਛਾ, ਚਾਰ ਪੈਸੇ ਜੋੜ ਕੇ ਕੀ ਕਰੇਗਾ ਫਿਰ? ਲੈ ਗੱਡੀ ਗੁੱਡੀ ਲਵਾਂਗੇ, ਸ਼ਹਿਰ 'ਚ ਗੇੜਾ ਮਾਰਾਂਗੇ। ਫਿਰ ਕੀ ਹੋਜੂ? ਉਹ ਬਾਗਵੀ ਦਾ ਘੇਰਾ ਵਧੂਗਾ, ਚਾਰ ਚੰਗੇ ਬੰਦਿਆਂ 'ਚ ਬਹਿਣੀ ਉੱਠਣੀ ਹੋਜੂਗੀ। ਫਿਰ ਕੀ ਹੋਜੂ? ਉਹ ਚੰਗੇ ਬੰਦੇ ਚੰਗੀਆਂ ਸਲਾਹਾਂ ਦੇਣਗੇ, ਵਪਾਰਕ ਸਾਂਝਾਂ ਵਧਣਗੀਆਂ। ਸਹਿਜੇ ਸਹਿਜੇ ਮੰਗਾ ਰਾਮ ਤੋਂ, ਮੰਗਾ ਰਾਮ ਸੇਠ ਕਹਿਣਗੇ। ਫਿਰ ਉਦੋਂ ਬਾਅਦ ਹੈਂ? ਫਿਰ ਪਟਿਆਲਾ 22 ਨੰਬਰ ਫੱਟ ਕੋਲ ਜਿਹੜੇ ਬੜੇ ਬੜੇ ਘਰ ਨੇ, ਉਦਾਂ ਦਾ ਇੱਕ ਵੱਡਾ ਘਰ ਬਣਾਵਾਂਗੇ, ਜਵਾਕਾਂ ਨੂੰ ਆਪਣੇ ਵਪਾਰ 'ਚ ਪਾਵਾਂਗੇ। ਫਿਰ ਮੰਗਾ ਰਾਮ ਐਂਡ ਸੰਜ ਕੰਪਨੀ ਖੜੀ ਕਰ ਦਾਂਗੇ। ਤੂੰ ਦੱਸ ਆ ਗੱਡੀ ਕਿੰਨੇ ਦੀ ਲਾਈ ਆ? ਸਰਦਾਰ ਜੀ ਕੱਪੜਾ ਲਾਉਂਗੇ? ਨਹੀਂ ਲੈਣਾ ਤਾਂ ਕੁਛ ਨਹੀਂ ਜੀ। ਚੰਗਾ ਜੀ, ਤੁਸੀਂ ਪਾਣੀ ਪੀਣਾ ਦੱਸੋ? ਜੇ ਬਰਫ਼ ਵਾਲਾ ਪਾਣੀ ਹੈ ਤਾਂ ਪਿਲਾ ਦਿਓ। ਬਿਲਕੁਲ ਮਿਲੂਗਾ ਜੀ, ਆ ਜਾਓ। ਸ਼ੁਕਰੀਆ ਜੀ। ਕਿੰਨੇ ਕੁ ਪਿੰਡ ਘੁੰਮ ਲੈਂਦੇ ਹੋ ਜੀ ਇੱਥੇ ਤੁਸੀਂ? ਆ ਮਲੋਹ ਦੇ ਆਲੇ ਦੁਆਲੇ 10-15 ਪਿੰਡ ਕੱਢ ਦਿੱਤੇ ਆ ਜੀ। ਆ ਲੱਖਾ ਸਿੰਘ ਵਾਲਾ, ਛੰਨਾ, ਮਛਰਾਏ, ਸਾਰੀ ਗਾਹ ਦੀ ਦੇ ਜੀ। ਤੁਹਾਡਾ ਆਪਦਾ ਕਿਹੜਾ ਪਿੰਡ ਹੈ ਜੀ? ਆ ਮੇਰਾ ਪਿੰਡ ਤਾਂ ਖੰਨੇ ਕੋਲ ਹੈ ਜੀ, ਹਰੀਪੁਰ। ਹਰੀਪੁਰ? ਇਹ ਤਾਂ ਖੇੜੀ ਕੋਲ ਨੀ? ਹਾਂਜੀ ਹਾਂਜੀ, ਉਹ ਤਾਂ ਨਾਨਕੇ ਆ ਜੀ ਮੇਰੇ। ਅੱਛਾ ਜੀ, ਆ ਤਾਂ ਕਮਾਲ ਹੋ ਗਈ। ਗੁੱਡੀ ਬੀਜੀ ਨੂੰ ਬੁਲਾ ਕੇ ਲੈ ਕੇ। ਹਾਂਜੀ। ਲੈ ਵੀ ਜੱਗੀ ਸਿਆ, ਆ ਸ਼ਹਿ ਕੱਢ। ਸੋਚ ਲੈ, ਘੋੜਾ ਮਰਦਾ ਤੇਰਾ, ਦੇਖ ਲਾ ਮਾਰ ਕੇ। ਅੱਛਾ, ਇਧਰੋਂ ਆਉਣਾ ਤੂੰ? ਤੇਰੀ ਰਾਣੀ ਵੀ ਕਾਕਾ ਬਰਾਬਰ ਮਰਦੀ ਆ। ਉਹ ਗੱਲ ਸੁਣ, ਇਹਦੀ ਕਿਹੜੀ ਰਾਣੀ ਆ ਛੜੇ ਮਲੰਗ ਦੀ? ਇਹਨੂੰ ਰਾਣੀ ਕਹਿੰਦੇ ਆ ਓਏ। ਐਡੀ ਕਾਲੀ ਰਾਣੀ? ਚੁੱਪ ਕਰ ਜਾ ਯਾਰ, ਚਾਲ ਸੋਚ ਲੈਂਦੇ ਹੁਣ, ਮੈਨੂੰ ਬੋਲੀ ਨਾ। ਕਿੱਡੇ ਕੰਮ ਲੱਗੇ ਆ ਸਰਦਾਰ, ਮੈਂ ਹਲੇ ਪਿੰਡ ਜਾ ਕੇ ਨੀਰਾ ਬਣਨਾ ਯਾਰ। ਦੇਖੀ ਜਾਊ ਬਾਈ, ਤੇਰਾ ਘੋੜਾ ਤਾਂ ਗਿਆ। ਓਏ ਆ ਹਾਥੀ ਘੋੜੇ ਤੋਪਾ ਕੀ ਮਾਰੀ ਜਾਂਦੇ ਆ? ਐਡੀ ਕਿਹੜੀ ਤੁਹਾਡੀ ਪਾਣੀਪਤ ਦੀ ਲੜਾਈ ਲੱਗੀ ਆ? ਤੂੰ ਜਾ ਕੇ ਨੀਰਾ ਹੀ ਵੱਢ ਲਾ। ਚੱਕ ਬਈ। ਮੰਨ ਗਏ ਤਹਿਸੀਲਦਾਰ ਸਾਹਿਬ, ਖਿੱਚੋ ਤਿਆਰੀ। ਉਹ ਹੁਣ ਤਾਂ ਹੱਸ ਪਾ, ਚਲੋ ਹੋ ਜਾਓ ਤਿਆਰ। ਵੀਜੇ ਕਿੰਨੇ ਕੁ ਦਿਨਾਂ ਦੇ ਕੱਪੜੇ ਪਾਵਾਂ ਭਲਾ? 3 ਕੁ ਦਿਨਾਂ ਦੇ ਪਾ ਲੈ, ਜੇ ਚੱਲੇ ਹੋ ਤਾਂ 2-3 ਦਿਨ ਤਾਂ ਰਹੋਗੇ। 10-12 ਦਿਨ ਦੇ ਪਾਓ ਜੀ, ਨਾਨਕੇ ਗਏ ਜਵਾਕ ਛੇਤੀ ਕਿੱਥੇ ਮੁੜਦੇ ਆ। ਚੱਲ ਭਾਈ, 10-12 ਦਿਨ ਦੇ ਪਾ ਲੈ। ਲਿਆ
ਉਹ ਗੁੱਡੀ ਮੇਰਾ ਬਟੂਆ ਚੱਕ ਲਈ। ਲੈ ਵੀ ਸਰਦਾਰਾ ਅੱਖਤਾ ਤੇਰਾ ਸਾਰਾ ਸਮਾਨ, ਹੁਣ ਚਾਹੇ ਨਾਨਕਿਆਂ ਤੋਂ ਮਹੀਨਾ ਨਾ ਮੁੜੀ। ਆਪਦਾ ਬੈਗ ਵੀ ਨਾਲੇ ਰੱਖ ਲੈਣਾ ਸੀ। ਨਾ ਨਾ ਯਾਰ, ਮੈਂ ਤਾਂ ਸ਼ਿਮਲੇ ਦਾ ਪਲਾਨ ਬਣਾਇਆ। ਸ਼ਿਮਲੇ? ਉਹ ਸ਼ਿਮਲੇ ਗਏ ਤੁਸੀਂ ਮੁੜਦੇ ਨਹੀਂ ਹੁੰਦੇ, ਉਹੀ ਕੰਮ ਨਾ ਕਰਦੇ ਹੋ ਯਾਰ। ਨਹੀਂ ਨਹੀਂ, ਇੱਥੇ ਹੀ ਬਣਾ, ਇੱਧਰ ਚੱਪ ਕਰੇ ਥੋੜ੍ਹੀ ਦੱਸਿਓ। ਅੱਜ ਤਾਂ ਅੱਡੀ ਨਹੀਂ ਲੱਗਦੀ ਸਰਦਾਰ ਦੀ, ਹੈ ਚੌ ਚੜਿਆ ਇਹਨੂੰ ਨਾਨਕਿਆਂ ਦਾ। ਕਿਉਂ ਚੌ ਹੋਊ ਨੀ, 16 ਸਾਲਾਂ ਬਾਅਦ ਨਾਨਕੇ ਚੱਲਿਆ। ਚਲੋ ਬੈਸਟ ਆਫ ਲੱਕ, ਸਤਿ ਸ਼੍ਰੀ ਅਕਾਲ, ਬਾਏ। ਉਹ ਚਿੱਠੀ ਚੁੱਠੀ ਪਾਉਂਦੇ ਰਹੋ। ਬਾਏ ਬਾਏ। ਜਗਾ ਵੀ ਜੀ, ਇਹ ਰਾਜੀ ਆ, ਤੂੰ ਐਡੀ ਵੱਡੀ ਹੋ ਗਈ। ਕਿਉਂ, ਇਹਨੇ ਵੀ ਵੱਡੀ ਹੋਣਾ ਸੀ, ਤੂੰ ਵੀ ਤਾਂ ਐਡਾ ਵੱਡਾ ਹੋ ਗਿਆ। ਆ ਨਿਆਣੇ ਸਾਰੇ ਆਪਣੇ ਆ। ਮਨਿੰਦਰ ਐ ਦੱਸ, ਇਹਨਾਂ ਚੋਂ ਕਿਹੜਾ ਕੀਦਾ? ਏ ਆ ਕੰਨਾਂ ਤੋਂ ਦੇਖ ਕੇ ਲੱਗਦਾ ਮਾਮਾ ਜੀ ਦੀ ਕੁੜੀ ਆ। ਸਹੀ ਵਿਚਾਰਿਆ। ਉਹ ਆ ਗੁਗਲੂ ਮੁਗਲੂ ਕੀਦਾ? ਇਹਨਾਂ ਦਾ। ਸਿਆਣਾ ਪੜ ਗਿਆ ਤੂੰ। ਆਓ ਅੰਦਰ ਚੱਲੀਏ। ਆ ਜਾ ਮਾਮਾ ਜੀ। ਆ ਉਹੀ ਨਿੰਮਨੀ ਜਿਹੜੀ ਮੈਂ ਲਾਈ ਸੀ। ਹਾਂ, ਇੰਨੇ ਸਾਲ ਤੱਕ ਅਸੀਂ ਆਪਣੇ ਭਾਣਜੇ ਨੂੰ ਇਹਦੇ 'ਚ ਹੀ ਦੇਖਦੇ ਰਹੇ ਹਾਂ। ਗੁੱਡੀਆ ਦਰਖਤ ਮੈਂ ਲਾਇਆ ਸੀ, ਕਿੱਡਾ ਵੱਡਾ ਹੋ ਗਿਆ। ਆਲਣੇ ਵੀ ਕਿੰਨੇ ਪੈਸੇ ਇਹਦੇ ਤੇ। ਸਹੀ ਗੱਲ ਆ। ਉਹ ਮਨਜਿੰਦਰ ਆਇਆ, ਤੈਨੂੰ ਕਾਇਮ ਕਰੀਏ। ਮਾਮਾ ਮੈਂ ਨਹੀਂ ਕਾਇਮ ਹੁੰਦਾ, ਤੁਸੀਂ ਹੋਵੋ। ਕੋਲ ਤਾਂ ਖੜੇ ਸਕਦਾ, ਹੱਥ ਲਾਇਆ ਤਾਂ ਨਹੀਂ ਚੜ੍ਹਦੀ। ਆ ਜਾ ਫਿਰ ਵੀਰੇ, ਉੱਧਰ ਨੇ ਪੌੜੀਆਂ। ਉਹ ਮੇਰੇ ਨਾਨਕਿਆਂ ਦੀਆਂ ਪੌੜੀਆਂ ਕਿੱਥੇ ਨੇ ਹੁਣ ਤੂੰ ਦੱਸੇਂਗਾ ਮੈਨੂੰ? ਵੇ ਮੇਜਰਾ, ਵੇ ਦੋ ਤਵਾਨ ਨੂੰ ਨਸ਼ੇ ਦੇ ਨਾ ਲਾ ਦੀ, ਮਸੀ ਆਇਆ। ਬੇਬੇ ਸਾਨੂੰ ਤਾਂ 20 ਸਾਲ ਹੋ ਗਏ ਪੀਂਦਿਆਂ ਨੂੰ, ਅਸੀਂ ਤਾਂ ਨਸ਼ੇ ਦੇ ਲੱਗੇ ਨਹੀਂ ਨਾ, ਹਾਲੇ ਕਸਰ ਰਹਿੰਦੀ ਆ। ਹਾਂਜੀ ਮਾਮਾ ਜੀ। ਮਨਜਿੰਦਰ, ਤੂੰ ਪੜ੍ਹਿਆ ਲਿਖਿਆ, ਤੂੰ ਦਾਰੂ ਜਮਾਂ ਨਹੀਂ ਪੀਂਦਾ? ਨਾ, ਮੈਂ ਨਹੀਂ ਪੀਂਦਾ। ਕਦੇ ਨਹੀਂ ਪੀਤੀ? ਜਮਾਂ ਚੈੱਕ ਵੀ ਨਹੀਂ ਕੀਤੀ। ਯਾਰ, ਜਿੱਡਾ ਤੇਰਾ ਕੱਦ ਘਾਟ ਹੈ, ਧਰਮ ਨਾਲ ਤੂੰ ਤਾਂ ਬੋਤਲ ਡਕਾਰ ਜੀ। ਇਹ 'ਚ ਫਿਰ ਕਿਹੜੀ ਬਹਾਦਰੀ ਆ ਬੋਤਲ ਡਕਾਰ ਜਿਵੇਂ? ਬਹਾਦਰੀ ਬਹੁਦਰੀ ਵਾਲੀ ਕੋਈ ਗੱਲ ਨਹੀਂ, ਦਿਨੇ ਥੱਕੇ ਹੁੰਦੇ ਆ, ਹੱਥ ਨੇ ਦੋ ਪੈਂਕ ਲਾ ਕੇ ਤਕੜੇ ਹੋ ਜਾਂਦੇ ਆ। ਮਨਜਿੰਦਰ, ਆ ਦਾਰੂ ਦੀਆਂ ਸਿਫਤਾਂ ਤਾਂ ਜਿੰਨੀਆਂ ਮਰਜ਼ੀ ਸੁਣ ਲੈ ਆਪਦੇ ਮਾਮੇ ਤੋਂ। ਆਹੋ ਚਾਚੀ, ਦਾਰੂ ਦੀਆਂ ਸਿਫਤਾਂ ਹੈ ਹੀ ਬਹੁਤ ਹੈ। ਬੇਬਿੰਦਰਾ, ਜੇ ਇੰਨੀਆਂ ਸਿਫਤਾਂ ਨਾ, ਘੁੱਟ ਘੁੱਟ ਸਾਨੂੰ ਵੀ ਲਵਾ ਦਿਓ ਬੁੜੀਆਂ ਨੂੰ। ਤੁਹਾਨੂੰ ਲਵਾ ਕੇ ਵਿਹੜੇ 'ਚ ਪੜਤੂ ਵਜਾਉਣਾ? ਆਹ ਗੱਲ ਤਾਂ ਸਹੀ ਆ ਮਾਮੀ ਦੀ, ਥੱਕੀਆਂ ਤਾਂ ਉਹ ਵੀ ਬਹੁਤ ਹੁੰਦੀਆਂ ਨੇ। ਲੈ ਕਰੇ ਰਹਿਣੀਆਂ, ਕਿਹੜਾ ਹਲ ਜੋੜਦੀਆਂ? ਲੈ ਸਾਰਾ ਦਿਨ ਵਿਚਾਰੀਆਂ ਚੁੱਲ੍ਹੇ 'ਚੋਂ ਨਹੀਂ ਨਿਕਲਦੀਆਂ, ਹਲ ਜੋੜਦੀਆਂ। ਆਹੋ, ਸਾਡੇ ਕੰਮ ਕਿਹੜਾ ਕੰਮ ਲੱਗਦੇ ਆ ਇਹਨਾਂ ਨੂੰ? ਹਾਂ ਯਾਰ, ਰੱਬ ਦੇ ਵਾਸਤੇ ਤੂੰ ਨਾ ਫੂਕ ਨਾ ਇਸ ਗਾ ਮਨਜਿੰਦਰ, ਜਿਹੜੀਆਂ ਦੋ ਰੋਟੀਆਂ ਮਿਲਦੀਆਂ ਉਸ ਤੋਂ ਵੀ ਜਾਵਾਂਗੇ, ਇਹ ਤਾਂ। ਚੱਲ ਮਾਮਾ, ਰੋਟੀ ਤਾਂ ਮਿਲੀ ਜਾਣੀ ਆ, ਤੂੰ ਇਹ ਦੱਸ, ਰੋਜ਼ ਦਾਰੂ ਪੀਨੇ ਹੋ, ਉੱਤਰ ਜਾਂਦੀ ਆ, ਕੋਈ ਐਸੀ ਬੋਤਲ ਦੱਸ ਨਾ ਜਿਹੜੀ ਕੇਰਾ ਪੀ ਕੇ ਉੱਤਰ ਹੀ ਨਾ। ਪਹਿਲਾਂ ਤਾਂ ਚੜ ਜਾਂਦੇ, ਫੇਰ ਦੱਸ ਦਿਆਂਗੇ। ਰੋਟੀ ਪਾ ਮਨਜਿੰਦਰ ਨੂੰ ਬੋਲੀਏ। ਆ ਜਾ ਪੁੱਤ, ਤੂੰ ਹੇਠਾਂ ਆ ਜਾ, ਇਹਨਾਂ ਨੇ ਤਾਂ ਹੀ ਡੱਫੀ ਜਾਣੀ ਆ। ਠੀਕ ਆ, ਜਾਨਾ ਕੋਈ ਨਾ ਯਾਰ, ਆ ਜਿਓ। ਚਾਚਾ, ਬੰਦੇ ਨੂੰ ਜ਼ਿਆਦਾ ਵੀ ਨਹੀਂ ਪੜ੍ਹਨਾ ਚਾਹੀਦਾ। ਇਸੇ ਕਰਕੇ ਭਤੀਜ ਮੈਂ ਤੈਨੂੰ ਸਕੂਲ ਨਹੀਂ ਜਾਣ ਦਿੱਤਾ। ਵਧੀਆ ਕਰਿਆ, ਤੈਨੂੰ ਸਾਥੀ ਮਿਲ ਗਿਆ। ਅਰੇ, ਆ ਵੀ ਚੱਲੀ ਸਕੂਲ।
ਹਾਂ ਜੀ ਵੀਰੇ। ਕੀ ਬਣਨਾ ਬੜੀ ਹੋ ਕੇ ਤੂੰ? ਮੈਂ ਤਾਂ ਵੱਡੀ ਹੋ ਕੇ ਪ੍ਰਧਾਨ ਮੰਤਰੀ ਬਣੂੰਗੀ। ਕੋਈ ਨਿੱਕੀ ਮੋਟੀ ਚੀਜ਼ ਨਾ ਬਣ ਜੀ। ਮਿਸਤਰੀ ਜੀ ਕਿਉਂ ਕੰਧਾਂ ਕੱਢੀ ਜਾਂਦੇ ਹੋ ਮੇਰੇ ਨਾਨਕਿਆਂ ਦੇ ਵਿਹੜੇ 'ਚ? ਦੇਖ ਭਣ ਜੇ, ਅਸੀਂ ਤਾਂ ਹੁਕਮ ਦੇ ਖਿਲਾਫ ਹੈ। ਸਰਦਾਰ ਜੀ ਦਾ ਹੁਕਮ ਹੋਇਆ, ਅਸੀਂ ਲੱਗ ਗਏ। ਤੁਸੀਂ ਕੰਧ 'ਤੇ ਇੱਟ ਲਾਉਂਦੇ ਹੋ, ਸਾਡੇ ਦਿਲ 'ਤੇ ਇੱਟ ਲੱਗਦੀ ਹੈ। ਰਹਿਣ ਦਿਓ ਜੀ, ਇਹ ਤਾਂ ਹੁੰਦੀਆਂ ਹੀ ਹੁੰਦੀਆਂ ਹੈ। ਸਾਡਾ ਕਿਹੜਾ ਜੀ ਕਰਦਾ ਹੈ, ਪਰ ਇਹ ਦਸਤੂਰ ਬਣਿਆ ਆਇਆ। ਪਰ ਮੈਂ ਮਾਮਿਆਂ ਦਾ ਪਿਆਰ ਦੇਖਿਆ ਹੋਇਆ, ਇੱਥੇ ਹੋਣੀਆਂ ਨਹੀਂ ਕੰਧਾਂ। ਚੰਗੀ ਗੱਲ ਹੈ, ਪਰ ਇਹ ਰੁਕਦੀਆਂ ਨਹੀਂ ਹੁੰਦੀਆਂ। ਮਾਮਾ ਜੀ, ਮੈਂ ਇਹ ਕਰਦਾ ਇਕੱਲਾ ਦੋ ਤਾਂ ਮੈਂ ਰੋਕ ਦੇਣੀਆਂ ਨੇ। ਮੈਂ ਇੱਥੇ ਆਖਰ ਚਲਾਵਾਂਗਾ, ਤੁਸੀਂ ਪੂਰੀ ਕੋਸ਼ਿਸ਼ ਕਰਿਓ ਗੇਟ ਨਾ ਲੱਗੇ। ਗੁਰੂ ਮਹਾਰਾਜ ਤੇਰੀ ਕੋਸ਼ਿਸ਼ ਕਾਮਯਾਬ ਕਰੇ, ਪਰ ਮੇਰਾ ਤਜਰਬਾ ਕਹਿੰਦਾ ਇਹ ਲੱਗ ਜਾਣੀ ਹੈ। ਦੇਖ ਲੈਂਦੇ ਹਾਂ। ਗੁੱਡੀ, ਹਾਂਜੀ, ਆ ਇੱਟ ਨਹੀਂ ਲੱਗਣ ਦੇਣੀ ਆਪਾਂ। ਹਾਂਜੀ। ਉਹ ਲੈ ਵੀ ਇੱਕ ਗੱਲ ਮੈਨੂੰ 16 ਸਾਲ ਨਹੀਂ ਭੁੱਲੀ। ਕਿਹੜੀ? ਅਸਬਾਸ਼ ਬਾਣੀਆਂ ਦੀ ਹੱਟੀ 'ਤੇ ਹਾਂ ਆਪਾਂ ਦੋਵਾਨੇ ਦੀਆਂ ਪਕੌੜੀਆਂ ਲਈਆਂ, ਆਪਣੇ ਤੋਂ ਆ ਮਿਸਤਰੀਆਂ ਦੀ ਗਲੀ 'ਚ ਡੁੱਲ ਗਈਆਂ, ਤੂੰ ਪਤੰਦਰਾ ਉੱਤੋਂ ਚੁੱਕ ਚੁੱਕ ਕੇ ਹੀ ਖਾਈ ਗਿਆ। ਤੂੰ ਹੀ ਮਰੀ ਜਾਂਦਾ ਯਾਰ, ਮੇਰੇ ਤਾਂ ਯਾਦ ਨਹੀਂ। ਆਹੋ, ਬੇਇੱਜ਼ਤੀ ਕਾਹਨੂੰ ਯਾਦ ਰਹਿੰਦੀ ਆ ਕਿਸੇ ਨੂੰ? ਉਦੋਂ ਯਾਰ ਇੱਜ਼ਤ ਬੇਇੱਜ਼ਤੀ ਦਾ ਕੋਈ ਫਰਕ ਨਹੀਂ ਸੀ ਹੁੰਦਾ। ਹਾਂ, ਨਾ ਬੇਇੱਜ਼ਤੀ ਮੰਨਦੇ, ਨਾ ਗਰਮੀ ਮੰਨਦੇ, ਨਾ ਠੰਡ ਮੰਨਦੇ। ਮੰਨਦੇ ਕੰਡ ਵੀ ਨਹੀਂ ਸੀ। ਹਾਂ, ਜਿਉਂ ਲੱਗਣਾ ਤੂੜੀ ਤੇ ਨੰਗੇ ਪਿੰਡੇ ਛਾਲਾਂ ਮਾਰਨ, ਛਿੱਤਰ ਖਾ ਕੇ ਹੀ ਹਟਣਾ। ਆਹੋ, ਸਹੀ ਗੱਲ ਆ। ਪਰ ਹੁਣ ਨਾ ਸਮੇਂ ਨਾਲ ਖਾਸਾ ਕੁਛ ਬਦਲ ਗਿਆ। ਹਾਂ, ਪਰ ਆਪਣੇ ਅੰਦਰ ਇੱਕ ਜਵਾਕ ਆ, ਉਹ ਅਜੇ ਵੀ ਉਵੇਂ। ਉਹ ਬਾਹਲੀ ਲੰਬੀ ਚੌੜੀ ਗੱਲ ਵੀ ਨਹੀਂ ਹੈ, ਜਿਹਦੇ ਤਾਂ ਖੰਭ ਹੋਣ, ਉੱਡਣ ਦੀ ਮਨਾਹੀ ਹੋਵੇ, ਉਹ ਤਾਂ ਨਿਆਣਾ। ਜਿਹਨੂੰ ਉੱਡਣ ਦੀ ਪੂਰੀ ਖੁੱਲ ਹੋਵੇ ਤੇ ਖੰਭ ਝੜ ਜਾਣ, ਉਹ ਸਿਆਣਾ। ਰੋਟੀ ਕਿਉਂ ਨਹੀਂ ਖਾ ਰਿਹਾ? ਮਾਮਾ ਜੀ, ਮੈਂ ਰੋਟੀ ਨਹੀਂ ਖਾਣੀ, ਮੈਨੂੰ ਤਾਂ ਮੇਰਾ ਦਰਖਤ ਲਾ ਕੇ ਦਿਓ। ਖਾ ਲੈ ਹੁਣ, ਅੱਧੀ ਰਾਤ ਨੂੰ ਕਿੱਥੋਂ ਲਾ ਕੇ ਦੇ ਦੇਈਏ ਤੈਨੂੰ ਬਰੋਟਾ। ਲੈ ਪੁੱਤ, ਇਹ ਵੀ ਕੋਈ ਗੱਲ ਹੈ? ਤੇਰਾ ਮਾਮਾ ਤੜਕੇ ਬੂਟਾ ਲਿਆ ਕੇ ਲਾ ਦੂਗਾ। ਮਾਮੀ ਜੀ, ਮੈਨੂੰ ਮੇਰਾ ਦਰਖਤ ਉੱਡਾ ਹੀ ਕਰਕੇ ਦਿਓ। ਅਮਨਜਿੰਦਰ, ਪੰਜ ਯਾਰ ਬਾਹਲੀਆਂ ਭੋਲੀਆਂ ਗੱਲਾਂ ਕਰਦਾ, ਬੂਟਾ ਲਾਉਣ ਲੱਗਿਆਂ 10 ਮਿੰਟ ਲੱਗਦੇ ਆ, ਉੱਡਾ ਹੋਣ ਵਾਸਤੇ 16-17 ਸਾਲ ਲੱਗਦੇ ਆ ਮੇਰੇ ਯਾਰ। ਇਹੀ ਤਾਂ ਮਾਮਾ ਜੀ ਮੈਂ ਸਮਝਾਉਣਾ ਚਾਹੁੰਦਾ, ਆ ਕੰਧਾਂ ਹੋਣ ਨੂੰ 5 ਦਿਨ ਲੱਗਣੇ ਆ ਤੇ ਸਾਂਝ ਬਣਨ ਨੂੰ ਉਮਰਾਂ ਲੱਗ ਜਾਂਦੀਆਂ। ਆ ਵੀ ਬਿੰਦਰ ਸਿਆ, ਲਾਲਾ ਜੀ ਠੰਡੇ ਹੈਗੇ ਠੰਡੇ? ਉਹ ਮੁੰਡਿਆ, ਆ 2 ਠੰਡੇ ਲਿਆ। ਅੱਛਾ, ਚਾਹ ਬਣਾਈਏ? ਚਾਹ ਤਾਂ ਬਣਾ ਲਿਓ ਜੀ, ਇਹ ਨਹੀਂ ਸਮਝ ਆ ਰਹੀ, ਪਹਿਲਾਂ ਠੰਡਾ ਪੀਏ ਕਿ ਚਾਹ? ਜਾਣੀ ਦੀ ਠੰਡੇ ਹੋ ਕੇ ਤੱਤੇ ਹੋਈਏ ਜਾਂ ਤੱਤੇ ਹੋ ਕੇ ਠੰਡੇ ਹੋਈਏ? ਗੱਲ ਆ ਵੀ ਚਾਹ ਤਾਂ ਸਾਡਾ ਪਿਆਰ ਹੈ ਤੇ ਠੰਡਿਆਂ ਸਾਡਾ ਵਪਾਰ ਹੈ, ਅੱਗੇ ਤੁਹਾਡੀ ਮਰਜ਼ੀ।
ਚਾਹ ਤਾਂ ਰਹਿਣ ਦਿਓ ਜੀ, ਤੁਸੀਂ ਐਂ ਕਰੋ ਇੱਕ ਡਾਲਾ ਠੰਡਿਆਂ ਦਾ ਨਾ ਗੱਡੀ 'ਚ ਰਖਾ ਦਿਓ। ਉਹ ਮੁੰਡਿਆ, ਇੱਕ ਡਾਲਾ ਠੰਡਿਆਂ ਦਾ ਗੱਡੀ 'ਚ ਰੱਖ। ਚੰਗਾ ਜੀ। ਅੱਛਾ ਕਾਕਾ, ਪਛਾਣਿਆ ਨਹੀਂ ਮੈਂ। ਮੇਰੀ ਭੂਆ ਦਾ ਮੁੰਡਾ ਮਨਜਿੰਦਰ ਹੈ। ਉਹ ਪਟੂਆ, ਤੂੰ ਐਡਾ ਵੱਡਾ ਹੋ ਗਿਆ, ਬੜੀ ਦੇਰ ਬਾਅਦ ਦੇਖਿਆ ਤੈਨੂੰ ਤਾਂ। 16 ਸਾਲ ਬਾਅਦ ਆਇਆ। ਨਿੱਕੇ ਹੁੰਦੇ ਤੂੰ ਬਹੁਤ ਆਉਂਦਾ ਸੀ ਦੁਕਾਨ 'ਤੇ, ਕਦੇ ਪਕੌੜੀਆਂ ਲੈ ਗਿਆ, ਕਦੇ ਪਤੰਗ ਲੈ ਗਿਆ। ਨਾਨਕਿਆਂ ਦੀ ਯਾਦ ਨਹੀਂ ਆਈ ਤੈਨੂੰ? ਬਸ ਜੀ ਇੱਕ ਗੱਲ ਹੈ ਬਈ, ਇਹ ਬਦਲ ਬਹੁਤ ਗਿਆ। ਪਰ ਆਹ ਦੁਕਾਨ ਨਹੀਂ ਬਦਲੀ ਜੀ, ਉਹੋ ਜਿਹੀ ਉਹ ਪਈ ਆ। ਧਿਆਨ ਨਾਲ ਰੱਖਿਓ ਮੁੰਡਿਆ, ਕੱਚ ਦੀਆਂ ਬੋਤਲਾਂ ਟੁੱਟਣਾ ਜਾਣ ਕਿਤੇ। ਜੀ ਆ ਲਓ ਜੀ, ਪੈਸਿਆਂ ਦਾ ਕੀ ਸੀ, ਫਿਰ ਆ ਜਾਂਦੇ। ਇੱਕ ਮਿੰਟ ਜੀ, ਇਹਨਾਂ ਦੇ ਰਹਿ ਗਏ ਜੀ। ਉਹ ਜਾਣਦੇ ਭਾਣਜਿਆ, ਨਿੱਕਾ ਹੁੰਦਾ ਰੂੰਗੇ ਮੰਗਦਾ ਸੀ, ਹੁਣ ਤੇਰੇ ਕੋਲ ਜ਼ਿਆਦਾ ਪੈਸੇ ਆ ਗਏ। ਚਲੋ ਕੋਈ ਨਾ, ਫਿਰ ਵੀ ਦੱਸੋ ਜੀ। ਉਹ ਲੈ ਜਾ ਫਿਰ ਵੀ ਦੋ ਤਵਾਨ ਹੈ। ਉਹ ਜਵਾਕੋ, ਜਵਾਕੋ, ਇਹਨੇ ਕੁਲਫੀ ਖਾਣੀ ਆ, ਬੈਠੋ ਗੱਡੀ 'ਚ। ਮਨਜਿੰਦਰ, ਹਾਂਜੀ, ਤੂੰ ਬਾਲਾ ਹੀ ਚਮੜਾਈ ਜਾਣਾ ਜਵਾਕਾਂ ਨੂੰ, ਇਹਨਾਂ ਨੇ ਵਿਗੜ ਜਾਣਾ। ਮਾਮੀ ਜੀ, ਕਦੇ ਜਵਾਕ ਵੱਧ ਕੁਲਫੀਆਂ ਖਾ ਕੇ ਵੀ ਵਿਗੜੇ ਨੇ? ਦੱਸੋ ਤੁਸੀਂ, ਇਹ ਦੱਸੋ ਰਾਜੀ ਕਿੱਥੇ ਆ? ਉਹ ਤਾਂ ਵਿਛਣੇ ਕੇ ਘਰੇ ਗਈ ਆ ਪੁੱਤ। ਚਲੋ ਉਹਨੂੰ ਮੈਂ ਉੱਥੇ ਹੀ ਬਿਠਾਉਣਾ। ਚੰਗਾ ਆਓ ਵੀ, ਆਓ ਬੈਠੋ। ਵੀਰ, ਤੁਹਾਨੂੰ ਲੱਗਦਾ ਹੈ ਕੰਧਾਂ ਹੋਣੀਆਂ ਰੁੱਕ ਜਾਣਗੀਆਂ? ਰਾਜੀ, ਕਿਸਾਨ ਦਾ ਕੰਮ ਆ ਬੀਜ ਬੀਜਣ, ਅੱਗੇ ਰੱਬ ਦੇ ਹੱਥ ਆ। ਉਹ ਮੀਂਹ ਪਾਉਂਦਾ ਨਾ ਪਾਉਂਦਾ, ਬੀਜ ਪੁੰਗਰਦਾ ਨਹੀਂ ਪੁੰਗਰਦਾ, ਕਿਸਾਨ ਦਾ ਕੰਮ ਸਿਰਫ ਬੀਜ ਬੀਜਣਾ। ਉਵੇਂ ਜੋ ਮੇਰੇ ਵੱਸ ਸੀ ਮੈਂ ਕਰਤਾ, ਅੱਗੇ ਉਹਦੇ ਹੱਥ ਆ। ਪਰ ਜਿਹਨੂੰ ਉਹਦੇ 'ਤੇ ਟੇਕ ਹੁੰਦੀ ਆ ਨਾ, ਉਹਨੂੰ ਪਾਰ ਲਾਉਂਦਾ ਵੀ ਜ਼ਰੂਰ। ਜਿਹਨੂੰ ਕਦੇ ਵੇਖਿਆ ਹੀ ਨਹੀਂ ਉਸ ਤੋਂ ਕੀ ਆਸ ਰੱਖਣੀ। ਰਾਜੀ, ਗੀਤ ਕਦੇ ਦੇਖੇ ਨਹੀਂ ਜਾ ਸਕਦੇ, ਖੁਸ਼ਬੂ ਕਦੇ ਛੋਈ ਨਹੀਂ ਜਾ ਸਕਦੀ। ਉਵੇਂ ਪਰਮਾਤਮਾ ਦੇਖਣ ਦਾ ਵਿਸ਼ਾ ਨਹੀਂ, ਮੰਨਣ ਦਾ ਵਿਸ਼ਾ। ਜਿਹੜਾ ਮੰਨਦਾ ਉਹਦੇ ਲਈ ਹਰ ਥਾਂ 'ਤੇ ਮੌਜੂਦ, ਜਿਹੜਾ ਨਹੀਂ ਮੰਨਦਾ ਉਹਦੇ ਲਈ ਕਿਤੇ ਵੀ ਨਹੀਂ। ਪਾਪਾ ਜੀ, ਸਤਿ ਸ਼੍ਰੀ ਅਕਾਲ ਪਾਪਾ ਜੀ। ਜੀ ਹੁੰਦੀ ਜੀ, ਸਤਿ ਸ਼੍ਰੀ ਅਕਾਲ। ਚੰਦਰ, ਸਤਿ ਸ਼੍ਰੀ ਅਕਾਲ ਵੀ ਜੀ। ਅਸੀਂ ਸਵਾਲੀ ਵਾਲੀ ਬੇਬੇ ਨੂੰ ਚੜਾਉਣ ਆਏ ਸੀ। ਅੱਛਾ ਅੱਛਾ, ਸਤਿ ਸ਼੍ਰੀ ਅਕਾਲ। ਜੇ ਤੇਰੀ ਮਾਂ ਮੇਰੇ ਇੱਕ ਫੈਸਲੇ 'ਤੇ ਇੰਨੇ ਸਾਲ ਕੁਰਬਾਨੀ ਦੇ ਸਕਦੀ ਹੈ ਤਾਂ ਉਹਦੇ ਪ੍ਰਤੀ ਮੇਰੇ ਵੀ ਕੁਝ ਫਰਜ਼ ਬਣਦੇ ਨੇ ਯਾਰ। ਹੈ ਫਿਰ ਕੀ ਸੋਚਦਾ ਹੈ, ਲਾ ਗੱਡੀ ਅੱਗੇ, ਲੈ ਚੱਲ ਆਪਣੇ ਬਾਪੂ ਨੂੰ ਉਹਦੇ ਸਹੁਰੀ ਘਰ। ਕੀ ਗੱਲ ਹੈ ਪੁੱਤ? ਬੀਜੀ ਕਿਵੇਂ ਲੱਗਿਆ ਤੁਹਾਨੂੰ ਇੰਨੇ ਸਾਲਾਂ ਬਾਅਦ ਇਸ ਘਰ 'ਚ ਆ ਕੇ? ਸੱਚ ਪੁੱਛੇ ਤਾਂ ਮੈਨੂੰ ਲੱਗਿਆ ਹੀ ਨਹੀਂ ਮੈਂ ਉਸੇ ਘਰ ਵਿੱਚ ਆਈ ਹਾਂ।
ਘਰ ਆਪ ਤਾਂ ਜਾ ਲੱਗ ਹੀ ਨਹੀਂ ਰਿਹਾ। ਇਉਂ ਲੱਗਦਾ ਜਿਵੇਂ ਕਿਸੇ ਦੂਰ ਦੇ ਰਿਸ਼ਤੇਦਾਰ ਦਾ ਹੋਵੇ। ਉਹ ਪੀਪੇ ਤਾਂ ਖੜਾ ਮੈਂ ਛੇਤੀ ਬੰਦੇ ਬੰਦ ਤਾਂ ਰਹੀ ਹਾਂ। ਵਿਹੜੇ 'ਚ ਕੰਧਾਂ ਦੇਖ ਕੇ ਸਾਰਾ ਕੁਛ ਬੜਾ ਉੱਪਰਾ ਜਿਹਾ ਲੱਗ ਰਿਹਾ। ਆ ਕੰਧਾਂ ਰੋਕਣ ਪਿੱਛੇ ਮੈਂ ਤਾਂ ਮਾਮਾ ਜੀ ਉਹਨਾਂ ਨੂੰ ਬਹੁਤ ਸਮਝਾ ਲਿਆ। ਤੁਹਾਡਾ ਰਿਸ਼ਤਾ ਤਾਂ ਮੇਰੇ ਨਾਲੋਂ ਜ਼ਿਆਦਾ ਨੇੜੇ ਆ, ਤੁਸੀਂ ਸਮਝਾ ਕੇ ਦੇਖ ਲਓ ਕਿਉਂ ਕਮਲੇ ਹੋਏ ਨੇ। ਹੱਥ ਦਿਖਾ ਬੇਬੇ, ਮੈਂ ਨਹੀਂ ਬੰਨਣੀ ਰੱਖਣੀ ਇਹਨਾਂ ਦੇ। ਪਹਿਲਾਂ ਮੈਨੂੰ ਇਹ ਦੱਸਣ ਕਿ ਘਰ ਹੈ ਜਾਂ ਮਕਾਨ। ਤੀਵੀਆਂ ਸਹੁਰੇ ਬੈਠੀਆਂ ਵੀ ਪੇਕਿਆਂ ਨੂੰ ਤਰਸਦੀਆਂ ਨੇ, ਪਰ ਬੰਦਿਆਂ ਨੂੰ ਘਰ ਦੀ ਬੁੱਕਤ ਨਹੀਂ। ਵੀਰ ਜੀ, ਹੁਣ ਮੈਂ ਰੱਖੜੀ ਉਦੋਂ ਹੀ ਬੰਨਾਂਗੀ ਜਦੋਂ ਦੋਵੇਂ ਕੰਧਾਂ ਟੁੱਟਣਗੇ। ਰੋਕੀ ਨਾ ਬਾਈ, ਮੈਨੂੰ ਮੈਨੂੰ ਰੋਕੀ ਨਾ, ਅੱਜ ਮੈਂ ਕੰਧਾਂ ਉਠਾਊਂਗਾ। ਸੱਪਲ ਕਿੱਥੇ ਹੈ, ਕਿੱਥੇ ਹੈ ਸੱਪਲ ਬਾਬੀ? ਬਸ ਬਸ ਆਹੀ ਤਜਰਬਾ ਦੇਖਣ ਨੂੰ ਰਹਿ ਗਿਆ ਸੀਗਾ। ਓਏ ਦਾਦਾ, ਇਹ ਕੰਧ ਬਰਾ ਤੁਹਾਡੀ।